ਸਾਲ 75 ਸਾਲ ਤੋਂ ਗੰਧ ਪਿਆ ਸੀ ਰਾਜਨੀਤੀ ਦੇ ਵਿੱਚ, ਉਹ ਜਿਹੜਾ ਉਹ ਝਾੜੂ ਫੜ ਲਿਆ ਸਾਰਿਆਂ ਨੇ, ਪਹਿਲਾਂ ਦਿੱਲੀ ਵਾਲਿਆਂ ਫੜਿਆ, ਹੁਣ ਪੰਜਾਬ ਨੇ ਫੜ ਲਿਆ, ਅੱਗੋਂ ਹਿੰਦੁਸਤਾਨ ਦੀ ਤਿਆਰੀ ਹੈ। 75 ਸਾਲ ਬਾਅਦ ਅੱਜ ਸਾਨੂੰ CM ਪਹਿਲੀ ਵਾਰੀ ਇਮਾਨਦਾਰ ਸਵਾਲ ਕਰ ਦਿੱਤੇ ਆ ਤੁਹਾਡੇ ਵਿਰੋਧੀਆਂ ਨੇ, ਕਹਿੰਦੇ ਇੰਨੇ ਕਰੋੜਾਂ ਰੁਪਏ ਲਾਉਣ ਦੀ ਲੋੜ ਕੀ ਸੀ, ਸਾਦਾ ਪ੍ਰੋਗਰਾਮ ਵੀ ਹੋ ਸਕਦਾ। ਉਹਨਾਂ ਦੇ ਜਿਹੜੇ ਇੱਕ ਇੱਕ ਮੰਤਰੀ ਹੈ ਇੰਨੇ ਖਰਚ ਦਿੰਦੇ ਨੇ, ਇਹਨਾਂ ਦੇ ਅਤੇ ਗਨਮੈਨਾਂ ਦੇ ਇੰਨੇ ਇੰਨੇ ਖਰਚੇ ਨੇ ਜਿਹੜੇ ਆ ਕੱਢੇ ਨੇ ਪਹਿਲੇ ਦਿਨ ਹੀ ਭਗਵੰਤ ਮਾਨ ਜੀ ਸਾਹਿਬ ਨੇ। ਇਸ ਵਕਤ ਹਲਫਨਾਮਾ ਲੈਣ ਦੇ ਲਈ ਖਟਕੜ ਕਲਾਂ ਦੀ ਧਰਤੀ 'ਤੇ ਵੱਡਾ ਇਕੱਠ, ਵੱਡਾ ਸਮਾਰੋਹ ਹੋਣ ਜਾ ਰਿਹਾ ਅਤੇ ਵੱਖ ਵੱਖ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ। ਭਗਵੰਤ ਮਾਨ ਹਲਫ ਲੈਣਗੇ ਪੰਜਾਬ ਦੇ ਨਵੇਂ CM ਵਜੋਂ। ਤਾਂ ਤੁਸੀਂ ਦੇਖ ਸਕਦੇ ਹੋ ਦਿੱਲੀ ਤੋਂ ਵੀ ਵਿਧਾਇਕ ਪਹੁੰਚ ਰਹੇ ਨੇ ਔਰ ਨਾਲ ਦੇ ਨਾਲ ਹੀ ਇੱਕ ਚੋਟੀ ਦੇ ਖਿਡਾਰੀ ਉਹ ਵੀ ਸਾਡੇ ਨਾਲ ਨੇ, ਰੁਸਤਮੇ ਹਿੰਦ ਭਲਵਾਨ ਕਰਤਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਸੱਜਣ ਖੜ੍ਹੇ ਨੇ ਸੁਖਬੀਰ ਚੀਮਾ ਜੀ, ਚੀਮਾ ਜੀ ਬਸ ਜੀ, ਸੱਜਣ ਸਿੰਘ ਜੀ। ਤੁਹਾਡਾ ਕੀ ਨਾਮ ਹੈ? ਸੁਖਬੀਰ ਦਲਾਲ ਜੀ। ਤੁਸੀਂ ਵਿਧਾਇਕ ਹੋ ਦਿੱਲੀ ਤੋਂ? ਦਿੱਲੀ। ਤਾਂ ਦਿੱਲੀ ਦੇ ਵਿਧਾਇਕ ਦੀ ਹੁਣ ਪੰਜਾਬ ਦੇ ਵਿੱਚ ਵੀ ਫੇਰੀਆਂ ਸ਼ੁਰੂ ਹੋ ਗਈਆਂ, ਹੁਣ ਇੱਕ ਮਿਕਤਾ ਜਿਹੜੀ ਇਹ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਦੇਖੋ, ਜੋ ਦਿੱਲੀ ਮੈਂ ਹਮਨੇ ਮਾਡਲ ਕੀਆ ਹੈ ਉਹ ਉਸੀ ਕਾ ਯੇ ਪਰਿਵਰਤਨ ਹੈ। ਜੋ ਆਜ ਭਗਵੰਤ ਮਾਨ ਜੀ ਆਪ ਸ਼ਬਦ ਲੈ ਰਹੇ ਹੈ, ਇਹ ਪਬਲਿਕ ਕਾ ਇੱਕ ਪਰਿਵਰਤਨ ਹੈ ਔਰ ਇਹ ਪੂਰੀ 3 ਕਰੋੜ ਜਨਤਾ ਕਾ ਮਤਲਬ ਹੋਇਆ ਅੱਜ ਜੋ ਸ਼ਪਥ ਲੈ ਰਹੀ ਹੈ ਪੰਜਾਬ ਕੇ ਲੀਏ, ਜੋ ਦਿੱਲੀ ਕਾ ਮਾਡਲ ਅਪਣਾਨੇ ਕੇ ਲੀਏ ਹੀ ਇਹ ਕੀਆ ਗਿਆ ਹੈ। ਇਹ ਕੇਜਰੀਵਾਲ ਸਰਕਾਰ ਨੇ ਜੋ 7 ਸਾਲ ਮੈਂ ਦਿੱਲੀ ਮੈਂ ਕੀਆ ਹੈ ਨਾ, ਉਸੀ ਕਾ ਨਤੀਜਾ ਆਜ ਹਮ ਯਹਾਂ ਦੇਖ ਰਹੇ ਖਟਕੜ ਗਾਓਂ ਮੈਂ। ਹਮਨੇ 7 ਸਾਲ ਪਹਿਲੇ ਮੈਂ ਇਸ ਗਾਓਂ ਮੈਂ ਆਇਆ ਥਾ 2015 ਮੈਂ, ਮੁਝੇ ਆਜ ਵੀ ਯਾਦ ਹੈ ਜਬ ਅਕਾਲੀ ਸਰਕਾਰ ਥੀ ਉਹਨਾਂ ਹਮਾਰਾ ਯਹਾਂ ਫੰਕਸ਼ਨ ਵੀ ਨਹੀਂ ਹੋਣੇ ਦਿਆ ਥਾ, ਹਮ ਉਨ ਕਿਸ ਪੇ ਆਏ ਥੇ ਔਰ ਆਜ ਮੁਝੇ ਬੜਾ ਸਮਾਗਮ ਉਹਨਾਂ ਨੂੰ ਜਵਾਬ ਦੇਣ ਲਈ ਹੈ। ਇਹ ਬੜਾ ਸਮਾਗਮ ਜਨਤਾ ਨੇ ਉਨਕੋ ਵੋ ਦਿਆ ਜਵਾਬ। ਇੱਕ ਦਿਨ ਵੋ ਥਾ ਜਬ ਹਮੇ ਮਤਲਬ ਇਸ ਧਰਤੀ ਪਰ ਜੋ ਭਗਤ ਸਿੰਘ ਕੇ ਹਮ ਸੱਚੇ ਵੋ ਥੇ, ਜੋ ਕਹਿੰਦੇ ਨਾ ਦੇਸ਼ ਭਗਤ ਹੋਤੇ ਹੈ, ਭਗਤ ਸਿੰਘ ਕੋ ਨਹੀਂ ਦੇਖਿਆ ਥਾ ਲੇਕਿਨ ਮੈਨੇ ਭਗਤ ਸਿੰਘ ਕੇ ਰੂਪ ਮੈਂ ਆਪਣੇ ਕੇਜਰੀਵਾਲ ਕੋ ਦੇਖਾ ਹੈ। ਭਲਵਾਨ ਜੀ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ, ਜਿਵੇਂ ਇਹਨਾਂ ਨੇ ਕਿਹਾ ਤੁਸੀਂ ਕੀ ਕਹਿਣਾ ਚਾਹੋਗੇ ਔਰ ਉਚੇਚੇ ਤੌਰ 'ਤੇ ਸਮਾਗਮ ਲਈ ਪਹੁੰਚੇ ਹੋ? ਬਿਲਕੁਲ ਜੀ, ਬੜਾ ਅੱਜ ਪੰਜਾਬ ਵਾਸੀਆਂ ਲਈ ਬੜਾ ਵੱਡਾ ਦਿਹਾੜਾ ਆ, ਜੋ ਆਮ ਆਦਮੀ ਪਾਰਟੀ ਅਤੇ ਇਹ CM ਸਾਹਿਬ ਸ਼ਪਥ ਲੈ ਰਹੇ ਆ, ਅਤੇ ਮੈਂ ਸਮਝਦਾ ਕਿ ਇਹ ਸ਼ੁਰੂਆਤ ਹੈ ਇੱਕ ਅਤੇ ਨਵੇਂ ਭਵਿੱਖ ਦੀ, ਨਵੇਂ ਉਜਲਾ ਪੰਜਾਬ ਜਿਹੜਾ ਸਾਡਾ ਕੁਝ ਕਾਰਨਾਂ ਕਰਕੇ ਵਿਗੜ ਚੁੱਕਾ ਸੀ, ਅਤੇ ਮੈਂ ਹੁਣ ਤੁਸੀਂ ਇਸ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਅਤੇ ਸਾਰੀ ਜਨਤਾ ਨਵੇਂ ਭਵਿੱਖ ਦੀ ਉਡੀਕ ਕਰ ਰਹੀ ਆ ਕਿ ਕਿੱਦਾਂ ਸਾਡੇ ਪੰਜਾਬੀਆਂ ਨੂੰ ਥਾਪੀ ਮਿਲਦੀ ਆ ਅਤੇ ਕਿੱਦਾਂ ਅਸੀਂ ਤਾਂ ਸਪੋਰਟਸਮੈਨ ਬੰਦੇ ਹਾਂ। ਅਸੀਂ ਆਪਣੇ ਸ਼ੁਰੂ ਤੋਂ, ਜਿਵੇਂ ਤੁਸੀਂ ਕਿਹਾ ਸਪੋਰਟਸ ਪਰਸਨ ਹੋ, ਪੰਜਾਬ ਸ਼ੁਰੂ ਤੋਂ ਖੇਡਾਂ 'ਚ ਵੀ ਮੱਲਾਂ ਮਾਰਦਾ ਆ ਰਿਹਾ, ਪਰ ਸਿਆਸਤ ਦੀ ਇਸ ਖੇਡ ਦੀ ਬਦਲਦੀ ਤਸਵੀਰ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਜੋ ਕੁਝ ਹੋਣ ਜਾ ਰਿਹਾ ਇਹ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਅਕਾਊ ਪੁਣੇ 'ਚੋਂ ਹੈ ਜਾਂ ਕੁਝ ਹੋਰ ਕਾਰਨ ਲੱਗਦਾ ਤੁਹਾਨੂੰ? ਬਿਲਕੁਲ, ਇਹ ਆਸ ਆ ਕੇਜਰੀਵਾਲ ਸਾਹਿਬ 'ਤੇ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਆ ਔਰ ਸਾਡੇ ਪੰਜਾਬੀਆਂ ਨੂੰ ਪੂਰਾ ਮਾਣ ਆ ਕਿ ਜਿਹੜਾ ਅਸੀਂ ਉਹਨਾਂ ਆਉਣ ਵਾਲਾ ਸਾਡਾ ਭਵਿੱਖ ਆ ਉੱਜਲ ਹੋਊਗਾ, ਸਾਡੀਆਂ ਗਰਾਊਂਡਾਂ ਭਰਨਗੀਆਂ, ਸਾਡੇ ਜਿਹੜੇ ਚੰਗੇ ਕੰਮ ਉਹ ਹੋਣਗੇ, ਜਿਹੜੇ ਬੇਰੁਜ਼ਗਾਰੀ ਆ ਦੂਰ ਹੋਊਗੀ, ਜੋ ਸਾਡੀ ਮਤਲਬ ਐਜੂਕੇਸ਼ਨ ਆ ਉਹ ਬਰਾਬਰ ਵਧੀਆ ਢੰਗ ਨਾਲ ਹੋਊਗੀ, ਅਤੇ ਸਾਨੂੰ ਪੈਰਾਂ ਸਿਰ ਖੜਾ ਕਰ ਲਈ ਸਾਡਾ ਯੂਥ, ਮੇਰਾ ਖਿਆਲ ਹੁਣ ਮੈਂ ਕਹਿ ਸਕਦਾ ਕਿ ਜਲਦੀ ਸਾਡਾ ਯੂਥ
ਫਿਕਰ ਨਾ ਕਰੇ ਕਿ ਉਹਨਾਂ ਜੋਬ ਵੀ ਮਿਲੂਗੀ, ਉਹਨਾਂ ਰੁਜ਼ਗਾਰ ਵੀ ਮਿਲਣਗੇ, ਉਹ ਆਪਣੀ ਜਗ੍ਹਾ ਆਪਣੇ ਪੈਰਾਂ 'ਤੇ ਸਿਰ ਖੜੇ ਹੋਣਗੇ। ਜਿਹੜੇ ਬੋਝ ਥੱਲੇ ਲੋਕ ਹੈ, ਆਸ ਬੱਝੀ ਹੈ ਕਿ ਉਹ ਨਿਕਲਣਗੇ ਬੋਝ ਥੱਲੋਂ। ਬਿਲਕੁਲ 100% ਜੀ, ਬੜੀ ਸਾਨੂੰ ਉਮੀਦ ਆ। ਔਰ ਸਰ, ਤੁਸੀਂ ਦੇਖੋਗੇ ਇਹ ਕੇਜਰੀਵਾਲ ਸਾਹਿਬ ਜੋ ਭਗਵੰਤ ਮਾਨ ਜੀ ਜੋ ਉਹਨਾਂ ਦੀ ਸੋਚ ਆ, ਵੱਡੀ ਸੋਚ ਆ, ਉਹ ਆਮ ਪਰਿਵਾਰਾਂ ਦੇ ਬੱਚੇ MLA ਬਣੇ ਆ, ਗਾਂ ਮੰਤਰੀ ਬਣਨਗੇ, ਅਤੇ ਉਹ ਸਾਡੇ ਪੰਜਾਬ ਨੂੰ ਨਾਲ ਲੈ ਕੇ ਚੱਲਣਗੇ, ਸਾਨੂੰ ਪੂਰੀ ਆਸ ਹੈ। ਜੀ ਚੀਮਾ ਸਾਹਿਬ, ਤੁਸੀਂ ਵੀ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਨਿਤਰੇ ਸੀ, ਚਾਹੇ ਜਿੱਤ ਪ੍ਰਾਪਤ ਉਸ ਤਰੀਕੇ ਨਾਲ ਨਹੀਂ ਹੋ ਸਕੀ, ਪਰ ਤੁਹਾਡੇ ਸਾਥੀ ਕਈ 92 ਜਿਹੜੇ ਆ, ਥੋੜ੍ਹੀ ਗਿਣਤੀ ਨਹੀਂ ਹੁੰਦੀ, ਪੰਜਾਬ 'ਚ ਪਹਿਲੀ ਵਾਰੀ ਹੋਇਆ, ਕੀ ਕਹਿਣਾ ਚਾਹੋਗੇ ਐਡੇ ਵੱਡੇ ਬਹੁਮਤ 'ਤੇ? ਅਤੇ ਅਗਲਾ ਪਲਾਨ ਕੀ ਲੱਗਦਾ ਤੁਹਾਨੂੰ, ਆਮ ਆਦਮੀ ਪਾਰਟੀ ਕਰੇਗੀ ਕੀ ਪੰਜਾਬ ਲੋਕਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਕੱਲੇ ਪੰਜਾਬ ਨੂੰ ਨਹੀਂ, ਸਾਰੇ ਹਿੰਦੁਸਤਾਨ ਨੂੰ ਵਧਾਈ ਦਿੰਦਾ, ਕਿਉਂਕਿ ਜਿਹੜਾ 70 ਸਾਲ 75 ਸਾਲ ਤੋਂ ਗੰਦ ਪਿਆ ਸੀ ਰਾਜਨੀਤੀ ਦੇ ਵਿੱਚ, ਉਹ ਜਿਹੜਾ ਉਹ ਝਾੜੂ ਫੜ ਲਿਆ ਸਾਰਿਆਂ ਨੇ। ਪਹਿਲਾਂ ਦਿੱਲੀ ਵਾਲਿਆਂ ਫੜਿਆ, ਹੁਣ ਪੰਜਾਬ ਨੇ ਫੜ ਲਿਆ, ਅੱਗੋਂ ਹਿੰਦੁਸਤਾਨ ਦੀ ਤਿਆਰੀ ਹੈ। ਔਰ ਜਿਹੜਾ ਕੇਜਰੀਵਾਲ ਸਾਹਿਬ ਨੇ ਸਾਨੂੰ ਝਾੜੂ ਫੜਾਇਆ, ਉਹ ਹਿੰਦੁਸਤਾਨ ਦੀ ਸਫਾਈ ਕਰੂਗਾ, ਕਦੇ ਪ੍ਰਾਈਮ ਮਿਨਿਸਟਰ ਬਣਨਗੇ। ਔਰ ਸਾਡੇ ਭਗਵੰਤ ਮਾਨ ਸਾਹਿਬ ਜਿਹੜੇ ਨੇ ਬਹੁਤ ਇਮਾਨਦਾਰ CM, ਸਾਨੂੰ ਅੱਜ 75 ਸਾਲ ਬਾਅਦ ਅੱਜ ਸਾਨੂੰ CM ਪਹਿਲੀ ਵਾਰੀ ਇਮਾਨਦਾਰ ਮਿਲੇ ਨੇ। ਸੋ ਇਹ ਜਿਹੜੀ ਸਫਾਈ ਹੋਊਗੀ, ਅਤੇ ਇਹ ਆਸ ਬੱਝੀ ਹੈ, ਇੱਕ ਡੁੱਬਦਾ ਪੰਜਾਬ ICU 'ਚ ਗਿਆ ਪੰਜਾਬ ਜਿਹੜਾ ਇਹ ਬਚ ਜਾਊਗਾ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਫਰਕ, ਤੁਸੀਂ ਦੇਖ ਲਿਆ ਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਤੁਸੀਂ ਫਰਕ ਦੇਖ ਲਿਆ। ਔਰ ਦੇਖੋ ਤੁਸੀਂ ਇਸ ਸਮਾਗਮ 'ਤੇ ਵੀ ਸਵਾਲ ਕਰ ਦਿੱਤੇ ਆ ਤੁਹਾਡੇ ਵਿਰੋਧੀਆਂ ਨੇ, ਕਹਿੰਦੇ 1,00,000 ਰੁਪਏ ਲਾਉਣ ਦੀ ਲੋੜ ਕੀ ਸੀ, ਸਾਦਾ ਪ੍ਰੋਗਰਾਮ ਵੀ ਹੋ ਸਕਦਾ। ਉਹਨਾਂ ਦੇ ਜਿਹੜੇ ਇੱਕ ਮੰਤਰੀ ਹੈ ਇੰਨੇ ਖਰਚ ਦਿੰਦੇ ਨੇ, ਇਹ ਤੇ ਸਮਾਗਮ ਤੇ ਖਰਚਿਆ। ਦੇਖੋ ਇੱਥੇ ਝਾੜੂ ਫੜਾਉਣ ਲਈ ਸਾਰਿਆਂ ਨੂੰ ਜਿਹੜਾ ਇੱਕ ਸੁਨੇਹਾ ਦੇਣ ਲਈ ਇਕੱਠ ਕੀਤਾ, ਇਹਨਾਂ ਦੇ ਤੇ ਗਨਮੈਨਾਂ ਦੇ ਇੰਨੇ ਇੰਨੇ ਖਰਚੇ ਨੇ ਜਿਹੜੇ ਆ ਕੱਢੇ ਨੇ ਪਹਿਲੇ ਦਿਨ ਹੀ ਭਗਵੰਤ ਮਾਨ ਜੀ ਸਾਹਿਬ ਨੇ, ਇਹਨਾਂ ਦੇ ਗਨਮੈਨਾਂ ਦੇ ਖਰਚੇ ਨੇ। ਅਸੀਂ ਤੇ ਵੱਡਾ ਸਮਾਗਮ ਕਰ ਰਹੇ ਹਾਂ, ਕਿ ਕੋਈ ਸਾਦਾ ਸਮਾਗਮ ਹੈ, ਕੋਈ ਏਡਾ ਕੋਈ ਉੱਥੇ ਉਹ ਨਹੀਂ ਹੈ। ਇਹਨਾਂ ਦੇ ਬਰਥਡੇ ਤੇ ਪਾਰਟੀਆਂ ਤੇ ਬੜੇ ਬੜੇ ਪੈਸੇ ਲੱਗੇ ਨੇ, ਉਹ ਵੀ ਸਾਨੂੰ ਪਤਾ ਹੈ। ਤਾਂ ਇੱਕ ਚਿਹਰਾ ਹੋਰ ਹੈ, ਇੱਥੇ ਬਹੁਤ ਸਾਰੇ ਲੋਕ ਨੇ ਵੱਖ ਵੱਖ ਥਾਵਾਂ ਤੋਂ ਆਏ ਨੇ, ਔਰ ਕਿਸਾਨੀ ਦੇ ਵਿੱਚ ਵੀ ਇੱਕ ਚਿਹਰਾ ਮਸ਼ਹੂਰ ਹੋਏ ਸੀ, ਥਾਂ ਥਾਂ 'ਤੇ ਇਹਨਾਂ ਨੇ ਪ੍ਰਚਾਰ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ, ਸਾਡੇ ਨਾਲ ਨੇ ਮੁਸ਼ਕਾਂ ਬਾਅਦ। ਤੁਸੀਂ ਇੱਥੇ ਪਹੁੰਚੇ ਹੋ ਜੀ, ਭਗਵੰਤ ਮਾਨ ਦੇ ਕਰਕੇ ਪਹੁੰਚੇ ਹੋ ਜਾਂ ਕੋਈ ਹੋਰ ਕਾਰਨ? ਬਦਲਾਓ ਲਈ ਆਏ ਹਾਂ, ਸਾਨੂੰ ਆਸ ਆ ਕਿ ਜਿਨ੍ਹਾਂ ਨੂੰ ਲੋਕਾਂ ਨੇ ਮਤ ਨਾਲ ਆਪਣੇ ਨੂੰ ਚੁਣਿਆ, ਇਕੱਲੇ ਇਕੱਲੇ ਉਮੀਦਵਾਰ ਨੂੰ, ਉਸ ਆਸ ਨਾਲ ਆਏ ਹਾਂ ਕਿ ਉਹਨੂੰ ਪੂਰਾ ਕਰਨਗੇ। ਅੱਜ ਨਾਲ ਸਹੁੰ ਖਾਣ ਆਏ ਹਾਂ ਕਿ ਅਸੀਂ ਵੀ ਜੇ ਇਮਾਨਦਾਰ ਹੋਵਾਂਗੇ, ਅਸੀਂ ਵੀ ਆਪਣਾ ਫਰਜ਼ ਨੂੰ ਨਿਭਾਵਾਂਗੇ, ਤਦ ਜਾ ਕੇ ਕਿਤੇ ਆਉਣੀ ਆ, ਸਾਰਾ ਮਾਹੌਲ ਚੇਂਜ ਹੋਣਾ। ਇਹ ਨਹੀਂ ਹੈਗਾ ਕਿ ਇਕੱਲੇ ਅਸੀਂ ਚੁਣਤੇ ਅਤੇ ਹੁਣ ਅਸੀਂ ਆਪਣੇ ਘਰਾਂ 'ਚ ਸਹੁੰ ਜਾਈਏ। ਇਸ ਕਰਕੇ ਆਏ ਹਾਂ ਵੀ ਭਗਵੰਤ ਮਾਨ ਜੀ ਨਾਲ ਖੜ੍ਹ ਕੇ ਸਹੁੰ ਖਾਵਾਂਗੇ ਕਿ ਅਸੀਂ ਵੀ ਲੋਕ, ਅਸੀਂ ਆਮ ਲੋਕ ਜਿਹੜੇ ਆ ਉਹ ਉਹਨਾਂ ਦਾ ਪੂਰਾ ਸਾਥ ਦੇਵਾਂਗੇ, ਤਾਂ ਕਿ ਜੋ ਆ ਜਿਹੜਾ ਮਹਿੰਗੇ ਖਰਚੇ ਦੀ ਗੱਲ ਕਰਦੇ ਹਾਂ, ਇਸੇ ਕਰਕੇ ਰੱਖਿਆ ਗਿਆ ਕਿ ਇੱਕੋ ਵਾਰ ਆਪਾਂ ਜੇ ਅਗਰ ਕਹਿ ਦਿੰਦੇ ਨੇ ਵੀ ਉਹ ਸਹੁੰ ਖਾ ਲਈ ਤਾਂ ਪਤਾ ਨਹੀਂ ਕਾਹਦੇ ਕੁਰਸੀ 'ਤੇ ਪੱਕੇ ਹੋ ਜਾਂਦੇ ਨੇ, ਸਕੇ ਹੋ ਜਾਂਦੇ ਨੇ। ਅੱਜ ਸਾਨੂੰ ਵੀ ਸਹੁੰ ਖਿਲਾਉਣੀ ਆ, ਜਿਹੜੇ ਲਾਈਵ ਬੈਠੇ TV 'ਤੇ ਦੇਖਣਗੇ ਉਹ ਵੀ ਸਹੁੰ ਖਾਣਗੇ ਆਪਣੇ ਘਰਾਂ ਦੇ ਵਿੱਚ ਕਿ ਅਸੀਂ ਵੀ ਇਮਾਨਦਾਰ ਹੋਣਾ। ਜਦੋਂ ਸਾਰਿਆਂ ਨੇ ਪ੍ਰਣਗੀ ਕਰਕੇ ਵੋਟ ਪਾਈ ਦੀ ਇਮਾਨਦਾਰੀ ਨੂੰ, ਉਦਣ ਇਮਾਨਦਾਰ ਹੋ ਗਏ ਦੀ ਲੋਕ, ਅਤੇ ਹੁਣ ਆਪਣੀ ਸੋਚ ਕਰ ਲੈਣ, ਵਿਚਾਰ ਕਰ ਲੈਣ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਾਉਣਾ। ਅਫਸਰ ਦੀ ਹਿੰਮਤ ਨਹੀਂ ਹੈਗੀ ਕਿ ਉਹਨਾਂ ਦੇ ਕੰਮ ਨਾ ਰੋਕ ਦੂਗਾ, ਅਤੇ ਹੁਣ ਤੈਅ ਹੋ ਚੁੱਕਿਆ, ਫਿਕਸ ਹੋ ਚੁੱਕਿਆ ਕਿ ਆਉਣ ਵਾਲੇ ਦਿਨਾਂ 'ਚ ਸੱਚੀ ਉਹ ਬਹੁਤ ਵੱਡਾ ਬਦਲਾਅ ਆਉਣ ਵਾਲਾ। ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਚਿਹਰੇ ਨੇ, ਔਰ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਤੁਸੀਂ ਖਰਚੇ ਦੀ ਗੱਲ ਕੀਤੀ ਹੈ ਕਿ ਸਾਡੇ ਵਿਰੋਧੀ ਕਹਿੰਦੇ ਨੇ ਅਸੀਂ 1,00,000 ਰੁਪਏ ਖਰਚ ਕਰਤੇ, ਜਾਂ ਕੀ ਲੋੜ ਸੀ ਇਹਦੀ? ਪਹਿਲੀ ਗੱਲ ਤਾਂ ਰਵਾਇਤੀ ਪਾਰਟੀਆਂ ਦੀ ਗੱਲ ਪੁੱਛੀ ਜਾਵੇ, ਕੀ ਉਹਨਾਂ ਨੇ ਕਦੇ ਫੰਕਸ਼ਨ ਨਹੀਂ ਕੀਤੇ? ਨੰਬਰ 2, ਜੇ ਸਾਡਾ ਇਦੋਂ ਪਹਿਲਾਂ ਪ੍ਰੋਗਰਾਮ ਵੀ ਹੋਇਆ ਸੀ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਵੀ ਅਸੀਂ ਹਰਿਮੰਦਰ ਸਾਹਿਬ ਜੋ ਹੋਇਆ ਉਹਦੇ ਵਿੱਚ ਵੀ 1-1 ਪੈਸਾ ਅਸੀਂ ਪੰਜਾਬ ਰੋਡਵੇਜ਼ ਨੂੰ ਦਿੱਤਾ, ਠੀਕ ਹੈ ਜੀ। ਆਮ ਆਦਮੀ ਪਾਰਟੀ ਵੱਲੋਂ ਪੈਸੇ ਦਿੱਤੇ ਗਏ ਨੇ, ਕੋਈ ਵੀ ਪੈਸਾ ਸਰਕਾਰ ਦੇ ਖਜ਼ਾਨੇ 'ਚੋਂ ਨਹੀਂ ਖਰਚਿਆ ਗਿਆ।
ਆਮ ਆਦਮੀ ਪਾਰਟੀ ਨੇ ਪੈਸੇ ਦਿੱਤੇ, ਆਮ ਆਦਮੀ ਪਾਰਟੀ ਨੇ ਪੈਸੇ ਦਿੱਤੇ ਨੇ ਇੱਕ ਇੱਕ ਪੈਸਾ, ਕਿਉਂਕਿ ਜੇ ਆਪਣੇ ਘਰ ਦੀ ਤੁਸੀਂ ਵੀ ਦੇਖੋ, ਜੇ ਤੁਹਾਡੇ ਘਰ ਦੇ ਵਿੱਚ ਆਪਣੀ ਗੱਡੀ ਖੜੀ ਹੋਵੇ, ਤੁਸੀਂ ਕੀ ਗੱਲ ਬਾਹਰਲੇ ਬੰਦੇ ਨੂੰ ਟੈਕਸੀ ਨੂੰ ਪੈਸੇ ਦਿਓਗੇ ਕਿਆ? ਨਹੀਂ ਹੋਵੇਗੇ ਨਾ। ਸਾਨੂੰ ਕੀ ਲੋੜ ਪਈ ਅਸੀਂ ਬਾਹਰਲੀਆਂ ਬੱਸਾਂ ਕਿਰਾਏ 'ਤੇ ਕਰੀਏ? ਸਾਡੇ ਪੰਜਾਬ ਰੋਡਵੇਜ਼ ਦੀਆਂ ਆਪਣੀਆਂ ਪੰਜਾਬ ਦੀਆਂ ਬੱਸਾਂ ਨੇ, ਅਸੀਂ ਪੰਜਾਬ ਨੂੰ ਪੈਸੇ ਵਟਾਵਾਂਗੇ, ਪੰਜਾਬ ਦਾ ਖਜ਼ਾਨਾ ਭਰਨ ਲੱਗੇ ਹੋਏ ਹਾਂ। ਸਾਡੀ ਪਹਿਲੀ ਸ਼ੁਰੂਆਤ ਹੀ ਉੱਥੋਂ ਹੋ ਗਈ ਸੀ, ਅਸੀਂ ਆਪਣੀਆਂ ਬੱਸਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਿਜਾ ਕੇ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਇੱਕ ਰੁਪਈਆ ਉਹਨਾਂ ਨੂੰ ਦਿੱਤਾ ਜੀ। ਅਸੀਂ ਪੰਜਾਬ ਦੇ ਖਜ਼ਾਨੇ 'ਤੇ ਬੋਝ ਨਹੀਂ ਪਾਇਆ, ਪੰਜਾਬ ਦਾ ਖਜ਼ਾਨਾ ਭਰਿਆ ਸਰ। ਜਵਾਬ ਲੈਣੇ ਵੀ ਬਣਦੇ ਨੇ, ਜਵਾਬ ਇਹਨਾਂ ਨੇ ਦਿੱਤਾ, ਔਰ ਵੱਡੇ ਕਿਉਂਕਿ ਸਪੋਰਟਸ ਪਰਸਨ ਵੀ ਨੇ, ਸਿਆਸਤਦਾਨ ਵੀ ਨੇ, ਸਾਰੇ ਇੱਥੇ ਇਕੱਠੇ ਹੋਏ ਨੇ, ਸਮਾਗਮ ਦਾ ਹਿੱਸਾ ਬਣੇ ਨੇ, ਔਰ ਇਸ ਸਮਾਗਮ ਦੇ ਵਿੱਚੋਂ ਸਾਰਿਆਂ ਨੂੰ ਇੱਕੋ ਆਸ ਹੈ ਕਿ ਪੰਜਾਬ ਵਿੱਚ ਜੋ ਪਹਿਲਾਂ ਨਹੀਂ ਹੋ ਰਿਹਾ ਸੀ ਉਹ ਹੁਣ ਹੋਵੇਗਾ, ਯਾਨੀ ਕਿ ਪੰਜਾਬ ਵਿੱਚ ਬਦਲ ਦਿਖਣਾ ਸ਼ੁਰੂ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਅਮਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਸਾਥੀ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਲਾਦੂ ਕਾਦ, ਸਮਰ ਨਿਊਜ਼, ਖਟਕੜ ਕਲਾਂ।